ਹਨੀਪੀਰ ਸतीश ਰਿਆ ਗਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਾਰੀ ਸੁਰੂਤੇ ਨੂੰ ਜੀ ਆਇਆਂ ਨੂੰ ਹਨੀਪੀਰ ਲਈ ਆਈ ਵੱਡੀ ਖੁਸ਼ ਖਬਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਡੇਰਾ ਸਿੱਖ ਸਮੂਹੀ ਗੁਰਮੀਤ ਰਾਮ ਰਾਮ ਰੇਮ ਦੀ ਮੋਬੁੱਲੀ ਤੇ ਹਨੀਪੀਰ ਇਸਾ ਦੇ ਰੁਹਾਂਢੀ ਦੀਦੀ ਬਣਨ ਤੋਂ ਬਾਅਦ ਹੁਣ ਇੰਸਟਾਗ੍ਰਾਮ ਤੇ ਇੱਕ ਮਿਲੀਣ ਫੋਲੋਅਰਸ ਹੋ ਗਏ ਨੇ ਹਾਲ ਹੀ ਬ੍ਰਿਧ ਇਸ ਖੁਸ਼ੀ ਰਾਮ ਰਹੀਮ ਨਾਲ ਕੇਕ ਕੱਟ ਕੇ ਮਨਾਏ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨਾਂ ਦੀ ਪਰੋਲ ਉੱਪਰ ਬਾਹਰ ਆਏ ਹੋਏ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਵੀ ਕੇਕ ਕੱਟ ਕੇ ਖੁਸ਼ੀ ਮનાਈ ਸੀ ਹੁਣ ਹਾਲ ਹੀ ਬ੍ਰਿਧ Instagram ਉੱਪਰ 1 ਮਿਲੀਅਨ ਫਾਲੋਅਰਸ ਹਣਿਪ੍ਰੀਤ ਨੇ ਕੈਕ ਕਟਾਇਆ ਹਣੀਪ੍ਰੀਤ ਨੇ ਰਾਮ ਰੀਮਨਾ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਡੇਰਾ ਮੁਖੀ ਹੱਥ ਫੜ ਕੇ ਹਣੀਪ੍ਰੀਤ ਨੂੰ ਕੈਕ ਕਟਵਾ ਰਹੇ ਨੇ ਅਤੇ ਫਿਰ ਕੇਕ ਖਾ ਕੇ ਆਸ਼ੀਰਵਾਦ ਦਿੱਤਾ ਹਣੀਪ੍ਰੀਤ ਨੇ ਵੀਡੀਓ ਰਾਹੀਂ ਫਾਲੋਅਰਸ ਦਾ ਵੀ ਇਸ ਮੁਕਾਮ ਤੇ ਪਹੁੰਚਣ ਅਤੇ ਸਾਥ ਦੇਣ ਦੇ ਲਈ ਧੰਨਵਾਦ ਕੀਤਾ ਬ੍ਰੀਤੀ ਦੇ ਨੇ ਡੇਰਾ ਮੁਖੀ ਗੁਰਮੀਤ ਰਾਮ ਰੀਮ ਦੀ ਮੂੰਹ ਬੋਲੀ ਤੀ ਹਣੀਪ੍ਰੀਤ ਨੇ Instagram ਤੇ 1 ਮਿਲੀਅਨ ਫਾਲੋਅਰਸ ਹਾਸਲ ਕਰ ਲਏ ਨੇ ਜਿ ਆਜ ਉਸ ਤੋਂ ਬਾਅਦ ਜਿਹਾ 1 ਮਿਲੀਅਨ ਫਾਲੋਅਰਸ ਦੀ ਖੁਸ਼ੀ ਦੇ ਵਿੱਚ ਹਨੀਪ੍ਰੀਤ ਤੇ ਰਾਮ ਰਹੀਮ ਨੇ ਕੇਕ ਕਟਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ